ਹਾਲਾਤ ਬਣ ਗਏ ਨੇ ਇਹਨਾਂ ਲੁਟੇਰਿਆਂ ਦੇ, ਛੋਟੀ ਤੋਂ ਛੋਟੀ ਚੀਜ਼ ਵੀ ਨਹੀਂ ਛੱਡਦੇ। ਜ਼ਰਾ ਗੌਰ ਨਾਲ ਦੇਖੋ ਇਹ ਤਸਵੀਰਾਂ। ਬਾਈਕ ਤੇ ਸਵਾਰ ਹੋ ਕੇ ਦੋ ਲੁਟੇਰੇ ਆਏ, ਜਿਨ੍ਹਾਂ ਨੇ ਇੱਕ ਦੁਕਾਨ ਦੇ ਵਿੱਚ ਦਾਖਲ ਹੋ ਕੇ ਸਰੋਂ ਦੇ ਤੇਲ ਦੀ ਬੋਤਲ ਚੁੱਕ ਲਈ, ਫਿਰ ਬੜੀ ਹੀ ਚਲਾਕੀ ਦੇ ਨਾਲ ਇੱਥੋਂ ਫਰਾਰ ਹੋਏ ਨੇ। ਬਰਨਾਲਾ ਦੀਆਂ ਇਹ ਤਸਵੀਰਾਂ ਨੇ ਸ਼ਹਿਰ ਦੇ ਵਿੱਚ ਲੜਕਿਆਂ ਦੇ ਸਰਕਾਰੀ ਸਕੂਲ ਦੇ ਕੋਲ ਇੱਕ ਦੁਕਾਨ ਹੈ, ਇਸ ਦੁਕਾਨ ਦੇ ਅੰਦਰ ਵੜ ਕੇ ਇੱਕ ਲੁਟੇਰੇ ਦੇ ਵੱਲੋਂ 5 ਲੀਟਰ ਦੀ ਸਰੋਂ ਦੇ ਤੇਲ ਦੀ ਬੋਤਲ ਚੁੱਕੀ ਗਈ, ਫਿਰ ਮੌਕੇ ਤੋਂ ਫਰਾਰ ਹੋਏ ਨੇ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਇੱਕ ਲੁਟੇਰਾ ਜੋ ਬਾਈਕ ਦੇ ਪਿੱਛੇ ਬੈਠਾ ਸੀ, ਬਾਈਕ ਤੋਂ ਉਤਰ ਕੇ ਮੂੰਹ ਲਪੇਟਦਾ ਤੇ ਦੁਕਾਨ ਦੇ ਵਿੱਚ ਦਾਖਲ ਹੋ ਕੇ ਮੂਹਰੇ ਹੀ ਪਈ ਸਰੋਂ ਦੇ ਤੇਲ ਦੀ ਬੋਤਲ ਚੁੱਕ ਲੈਂਦਾ, ਦੂਜਾ ਬਾਈਕ ਨੂੰ ਸਟਾਰਟ ਰੱਖਦਾ। ਫਿਰ ਇਹ ਦੋਵੇਂ ਜਾਣੇ ਬਾਈਕ ਤੇ ਇੱਕਦਮ ਭੱਜ ਜਾਂਦੇ ਨੇ। ਕੁਝ ਸੈਕਿੰਡਾਂ ਦੇ ਵਿੱਚ ਹੀ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਥੋੜੀ ਦੂਰ ਬਜ਼ੁਰਗ ਵੀ ਬੈਠੇ ਹੋਏ ਨੇ, ਉਹਨਾਂ ਨੂੰ ਉਦੋਂ ਪਤਾ ਲੱਗਾ ਜਦੋਂ ਦੁਕਾਨਦਾਰ ਨੇ ਰੌਲਾ ਪਾ ਦਿੱਤਾ। ਹਾਲਾਂਕਿ ਦੁਕਾਨਦਾਰ ਦੁਕਾਨ ਦੇ ਬਾਹਰ ਵੀ ਆਇਆ, ਪਰ ਉਦੋਂ ਤੱਕ ਇਹ ਲੁਟੇਰੇ ਭੱਜ ਚੁੱਕੇ ਸੀ। ਬੇਖੌਫ ਹੋ ਕੇ ਇਹਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਛੋਟੀ ਤੋਂ ਛੋਟੀ ਚੀਜ਼ ਵੀ ਇਹ ਲੁਟੇਰੇ ਨਹੀਂ ਛੱਡਦੇ। ਤਾਂ ਸਰੋਂ ਦੇ ਤੇਲ ਦੀ ਬੋਤਲ ਇਹਨਾਂ ਲੁਟੇਰਿਆਂ ਦੇ ਵੱਲੋਂ ਚੁੱਕੀ ਗਈ ਤੇ ਬਾਈਕ ਤੇ ਲੈ ਕੇ ਉਸਨੂੰ ਫਰਾਰ ਹੋ ਗਏ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਹਾਲਾਤ ਬਣ ਗਏ ਨੇ ਇਹਨਾਂ ਲੁਟੇਰਿਆਂ ਦੇ, ਛੋਟੀ ਤੋਂ ਛੋਟੀ ਚੀਜ਼ ਵੀ ਨਹੀਂ ਛੱਡਦੇ। ਜ਼ਰਾ ਗੌਰ ਨਾਲ ਦੇਖੋ ਇਹ ਤਸਵੀਰਾਂ। ਬਾਈਕ ਤੇ ਸਵਾਰ ਹੋ ਕੇ ਦੋ ਲੁਟੇਰੇ ਆਏ, ਜਿਨ੍ਹਾਂ ਨੇ ਇੱਕ ਦੁਕਾਨ ਦੇ ਵਿੱਚ ਦਾਖਲ ਹੋ ਕੇ ਸਰੋਂ ਦੇ ਤੇਲ ਦੀ ਬੋਤਲ ਚੁੱਕ ਲਈ, ਫਿਰ ਬੜੀ ਹੀ ਚਲਾਕੀ ਦੇ ਨਾਲ ਇੱਥੋਂ ਫਰਾਰ ਹੋਏ ਨੇ। ਬਰਨਾਲਾ ਦੀਆਂ ਇਹ ਤਸਵੀਰਾਂ ਨੇ ਸ਼ਹਿਰ ਦੇ ਵਿੱਚ ਲੜਕਿਆਂ ਦੇ ਸਰਕਾਰੀ ਸਕੂਲ ਦੇ ਕੋਲ ਇੱਕ ਦੁਕਾਨ ਹੈ, ਇਸ ਦੁਕਾਨ ਦੇ ਅੰਦਰ ਵੜ ਕੇ ਇੱਕ ਲੁਟੇਰੇ ਦੇ ਵੱਲੋਂ 5 ਲੀਟਰ ਦੀ ਸਰੋਂ ਦੇ ਤੇਲ ਦੀ ਬੋਤਲ ਚੁੱਕੀ ਗਈ, ਫਿਰ ਮੌਕੇ ਤੋਂ ਫਰਾਰ ਹੋਏ ਨੇ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਇੱਕ ਲੁਟੇਰਾ ਜੋ ਬਾਈਕ ਦੇ ਪਿੱਛੇ ਬੈਠਾ ਸੀ, ਬਾਈਕ ਤੋਂ ਉਤਰ ਕੇ ਮੂੰਹ ਲਪੇਟਦਾ ਤੇ ਦੁਕਾਨ ਦੇ ਵਿੱਚ ਦਾਖਲ ਹੋ ਕੇ ਮੂਹਰੇ ਹੀ ਪਈ ਸਰੋਂ ਦੇ ਤੇਲ ਦੀ ਬੋਤਲ ਚੁੱਕ ਲੈਂਦਾ, ਦੂਜਾ ਬਾਈਕ ਨੂੰ ਸਟਾਰਟ ਰੱਖਦਾ। ਫਿਰ ਇਹ ਦੋਵੇਂ ਜਾਣੇ ਬਾਈਕ ਤੇ ਇੱਕਦਮ ਭੱਜ ਜਾਂਦੇ ਨੇ। ਕੁਝ ਸੈਕਿੰਡਾਂ ਦੇ ਵਿੱਚ ਹੀ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਥੋੜੀ ਦੂਰ ਬਜ਼ੁਰਗ ਵੀ ਬੈਠੇ ਹੋਏ ਨੇ, ਉਹਨਾਂ ਨੂੰ ਉਦੋਂ ਪਤਾ ਲੱਗਾ ਜਦੋਂ ਦੁਕਾਨਦਾਰ ਨੇ ਰੌਲਾ ਪਾ ਦਿੱਤਾ। ਹਾਲਾਂਕਿ ਦੁਕਾਨਦਾਰ ਦੁਕਾਨ ਦੇ ਬਾਹਰ ਵੀ ਆਇਆ, ਪਰ ਉਦੋਂ ਤੱਕ ਇਹ ਲੁਟੇਰੇ ਭੱਜ ਚੁੱਕੇ ਸੀ। ਬੇਖੌਫ ਹੋ ਕੇ ਇਹਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਛੋਟੀ ਤੋਂ ਛੋਟੀ ਚੀਜ਼ ਵੀ ਇਹ ਲੁਟੇਰੇ ਨਹੀਂ ਛੱਡਦੇ। ਤਾਂ ਸਰੋਂ ਦੇ ਤੇਲ ਦੀ ਬੋਤਲ ਇਹਨਾਂ ਲੁਟੇਰਿਆਂ ਦੇ ਵੱਲੋਂ ਚੁੱਕੀ ਗਈ ਤੇ ਬਾਈਕ ਤੇ ਲੈ ਕੇ ਉਸਨੂੰ ਫਰਾਰ ਹੋ ਗਏ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ।